ਚੱਟਾ ਦਾ ਟਰਾਲਾ ਬਣੇ 3 ਲੱਖ ਦਾ। ਮੇਰੇ ਕੋਲ ਤੋਂ 3 ਲੱਖ ਦੀ ਵੀ ਹੈਵੀ ਲੱਗਦਾ ਹੈ ਟਰਾਲਾ ਇਹ ਜੋ ਬਣਾ ਹੋਇਆ ਹੈ। ਕਾਤਰ ਬਾਤਰ ਕ੍ਰੈਕ ਮੈਕੋਂ ਦਾ ਟਰਾਲਾ ਹੈ ਦੋਸਤੋ ਜੀ, ਜੋ ਆਪਕੀ ਸਕਰੀਨ 'ਤੇ ਨਜ਼ਰ ਆ ਰਿਹਾ ਹੈ ਅਭੀ। ਇਸਕੋ ਆਪ ਦੇਖ ਰਹੇ, ਮੈਂ ਆਪਕੋ ਅੱਛੀ ਸੀ ਇਸਕੋ ਦਿਖਾਤਾ ਹੂੰ, ਸਾਰੀ ਚਾਰੋਂ ਤਰਫ ਸੀ ਔਰ ਅੰਦਰ ਸੀ ਦਿਖਾਤਾ ਹੂੰ ਆਪਕੋ। ਔਰ ਟਾਇਰ ਹੈ ਇਸ ਟਰਾਲੀ ਕੇ ਅੰਦਰ ਦੋਸਤੋ। ਦੇਖੋ ਜੀ ਵੀਡੀਓ ਆਜ ਮੈਂ ਆਪਕੇ ਲਈ ਬਣਾ ਰਹਾ ਹੂੰ। ਯੇ ਜੋ ਟਰਾਲੀ ਆਪਕੀ ਸਕਰੀਨ 'ਤੇ ਨਜ਼ਰ ਆ ਰਹੀ ਹੈ, ਕਾਤਰ ਬਾਤਰ ਕ੍ਰੈਕ ਮਹਿਕਮਾ ਵਾਲੋ ਕੀ ਹੈ ਟਰਾਲੀ। ਟਰਾਲੋ ਕੀ ਜੋ ਲੰਬਾਈ ਹੈ ਆਪ ਦੇਖ ਸਕਦੇ ਹੋ, ਟਰਾਲੀ ਕਿਆ ਪੂਰਾ ਟਰਾਲਾ ਹੈ ਦੋਸਤੋ। ਨਿਊ ਹੈਵਲੈਂਡ ਟਰੈਕਟਰ ਦਾ ਨਾਮ ਲਿਖਿਆ, ਦੂਸਰੇ ਟਰੈਕਟਰ ਦਾ ਨਾਮ ਲਿਖਿਆ ਇੱਧਰ ਦੇਖੋ। ਔਰ ਯੇ ਆਹ ਟੈਰਾ ਟਰਾਲਾ ਹੈ, ਕਾਫੀ ਬੜੀ ਟਰਾਲੀ ਹੈ, ਬਹੁਤ ਅੱਛੀ ਤਿਆਰ ਕੀ ਗਈ ਹੈ। 3 ਟਰੈਕਟਰ ਆਤੇ ਹੈ ਇਸਮੇ, 3 ਟਰੈਕਟਰ ਲੈ ਕੇ ਆਤੇ ਹੈ, ਜਬ ਵੀ ਆਤੇ ਹੈ ਇਸਮੇ ਲੈ ਕੇ। ਮੈਂ ਆਪਕੋ ਇਸਕੀ ਅੰਦਰ ਸੇ ਲੰਬਾਈ ਦਿਖਾਤਾ ਹੂੰ। ਇਹ ਦੇਖੋ ਜਹਾਂ ਤੱਕ ਵੀ ਆਪਕੀ ਨਜ਼ਰ ਜਾਏਗੀ, ਆਪਕੋ ਟਰਾਲੀ ਨਜ਼ਰ ਆਏਗੀ। ਇਹ ਦੇਖੋ ਦੋਸਤੋ, ਕਾਫੀ ਲੰਬਾਈ ਹੈ ਟਰਾਲੀ ਕੀ। ਕਾਤਰ ਪਾਤਰ ਕ੍ਰੈਕ ਮਹਿਕਮਾ ਵੱਲੋਂ ਵੀ ਟਰਾਲੀ ਹੈ। ਸਾਈਡ ਮੇਂ ਇੰਡੀਕੇਟਰ ਵੀ ਹੈ, ਆਪ ਇੰਡੀਕੇਟਰ ਦੇਖ ਸਕਦੇ ਹੋ, ਯੇ ਇੰਡੀਕੇਟਰ ਲਗੇ ਹੋਏ ਸਾਈਡ ਮੇਂ। ਔਰ ਇਸਮੇਂ ਟੋਲ ਬੋਕਸ ਵੀ ਹੈ। ਕਾਫੀ ਅੱਛੀ ਟਰਾਲੀ ਹੈ, ਲੰਬਾਈ ਆਪ ਦੇਖ ਸਕਦੇ ਹੈ ਕਿਤਨੀ ਹੈ ਟਰਾਲੀ, ਹੈਵੀ ਲੰਬਾਈ ਹੈ। ਕਹਿੰਦੇ ਜੱਟ ਦਾ ਟਰਾਲਾ ਬਣੇ 3 ਲੱਖ ਦਾ, ਲੇਕਿਨ ਮੇਰੇ ਕੋਲ ਤੋਂ ਇਹ 3 ਲੱਖ ਦੇ ਵੀ ਹੈਵੀ ਲੱਗਦਾ ਹੈ ਕਾਫੀ। ਟਰਾਲੀ ਦੀ ਲੈਂਥ ਆਪ ਦੇਖ ਸਕਦੇ ਹੋ, ਇਹ ਦੇਖੋ ਇਹਨੂੰ ਖਿੱਚਦਾ ਹੈ ਇਸ ਤੋਂ ਕਾਤਰ ਬਾਤਰ ਵੱਲੋਂ ਦਾ 36-30 ਨਿਊ ਹੋਲੈਂਡ ਟਰੈਕਟਰ। ਸ਼ੇਰ ਕਾ ਦਮ ਚਾਹੀਏ ਭਾਈ ਇਸਕੋ ਖਿੱਚਣੇ ਕੇ ਲੀਏ ਵੀ, ਜਬ ਇਸਮੇਂ ਗੰਨਾ ਗੁੰਨਾ ਜਬ ਲੋਡ ਹੋਤਾ ਹੈ ਨਾ, ਜਾਂ ਜਬ ਝੋਨਾ ਕਣਕ ਵਗੈਰਾ ਲੈ ਕੇ ਜਾਤੇ ਹੈ, ਸਭ ਇਸੀ ਕੇ ਅੰਦਰ ਜਾਤਾ ਹੈ। ਉਮੀਦ ਹੈ ਆਪਕੋ ਵੀਡੀਓ ਪਸੰਦ ਆਈ ਹੋਊਗੀ। ਮੈਂ ਟਰੱਕ ਲੈ ਕੇ ਆਪਕੋ ਇੱਕ ਵਾਰ ਲੈਂਥ ਅੱਛੇ ਸੇ ਦਿਖਾ ਦਿੱਤਾ ਹੂੰ, ਪੂਰੀ ਮੋਬਾਈਲ ਮੇਂ ਕਵਰ ਨਹੀਂ ਹੋ ਰਿਹਾ ਟਰਾਲਾ। ਇਹ ਦੇਖੋ ਇਹ ਲੰਬਾਈ ਹੈ ਟਰਾਲੀ ਦੀ।